ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। There's so many false allegations that have been placed upon Sant Baba Ranjit Singh Ji Dabriyanwale. A lot of sansthas, a lot of jathebandiyan such as Taksal, Akhand Kirti Jatha, Federation, Nihang Singhs, Rada Sahib Wale Mahapurush and Nanak Sar Wale Mahapurush have come forward and they've said their own views upon these allegations. ਕਾਫੀ ਮਹਾਂਪੁਰਸ਼ ਵੀ ਉੱਠੇ ਨੇ ਰਾੜਾ ਸਾਹਿਬ ਸੰਪਰਦਾ ਦੇ, ਨਾਨਕ ਸਾਹਿਬ ਦੇ ਜਥੇਦਾਰ ਅਤੇ ਨਿਹੰਗਾ ਸਿੰਘਾਂ ਦੇ ਫੈਡਰੇਸ਼ਨ ਵਾਲੇ ਅਤੇ ਅਖੰਡ ਕੀਰਤਨੀ ਜਥੇ ਵਾਲੇ ਕਾਫੀ ਗੁਰਸਿੱਖ ਉੱਠੇ ਨੇ ਕਹਿਣ ਵਾਸਤੇ ਕਿ ਜਿਹੜੀਆਂ ਅਲੀਗੇਸ਼ਨਾਂ ਲਾਈਆਂ ਗਈਆਂ ਗਲਤ ਨੇ। ਪਰ ਫਿਰ ਵੀ ਨੌਜਵਾਨ ਆਰ ਕਮਿੰਗ ਅਪ ਟੂ ਮੀ ਐਂਡ ਸੇਇੰਗ ਦੈਟ ਦੇ ਡੋਨਟ ਅੰਡਰਸਟੈਂਡ ਅਬਾਊਟ ਦ ਅਦਰ ਜਥੇਦਾਰਸ ਐਂਡ ਅਦਰ ਪੀਪਲ ਐਂਡ ਅਦਰ ਪੀਪਲ ਫਰੋਮ ਡਿਫਰੈਂਟ ਜਥੇਬੰਦੀਆਂ ਐਂਡ ਸੰਸਥਾਸ ਆਰ ਸੇਇੰਗ ਅਬਾਊਟ ਦੇ ਮੀ। I'm born and bred in England and I can agree to those extremes that people say ਅੱਜ ਕੱਲ੍ਹ ਲੋਕ ਕਹਿ ਦਿੰਦੇ ਨੇ ਕਿ ਇੰਡੀਆ ਵਿੱਚ ਭੋਲੀ ਭਾਲੀ ਸੰਗਤ ਆ ਕਿ ਉਹ ਜਿੱਧਰ ਮਰਜ਼ੀ ਲੱਗ ਜਾਂਦੀ ਹੈ ਕਿ ਦੇ ਕੈਨ ਫੋਲੋ ਡਿਫਰੈਂਟ ਪਾਥਸ ਇੰਡੀਆ ਸੰਗਤ ਦੇ ਡੋਂਟ ਥਿੰਕ ਬਿਫੋਰ ਦੇ ਡੂ ਐਨੀਥਿੰਗ ਦੇ ਜਸਟ ਫੋਲੋ ਐਨੀਵਨ ਬਟ ਐਜ਼ ਮਾਈਸੈਲਫ ਆਈ ਕੈਨ ਵਾਊਚ ਫੋਰ ਦੇ ਸੋ ਮੈਨੀ ਨੌਜਵਾਨਸ ਫਰੋਮ ਇੰਗਲੈਂਡ ਐਂਡ ਫਰੋਮ ਯੂਰਪ ਕੰਟਰੀਜ਼ and from other countries like America and Canada that go and stay at Parmeshwar Dwar Sahib and spend time with Sant Baba Ranjit Singh Dabriyanwale. Kafi naujawan ya mere warge ate hor vi gursikh jehde Canada ton ate America ton jaake mahapurshan naal time spend karde ho unhanne aap khud vekhya ke idan diyan cheezan jehdiyan allegation lai gaye ne, these allegations that have been placed upon Sant Baba Ranjit Singh's name, they can say themselves that what they've experienced there, all these allegations are totally wrong, totally false. If jo allegation laaye ne bilkul galat ne ate ha assi England to naujawan jande ha assi aap from day one before we do something we always think before we do it or we think what will our conclusion be or what will the result be. Jo bhi kam karan to pehla baarle naujawan ਅਤੇ ਬਾਹਰਲੇ ਜਿਹੜੇ ਲੋਕ ਰਹਿੰਦੇ ਨੇ ਉਹ ਪਹਿਲਾਂ ਇਹ ਵੇਖ ਲੈਂਦੇ ਨੇ ਕਿ ਸਾਡਾ ਕੰਕਲੂਜਨ ਕੀ ਆ ਅਤੇ ਸਾਡਾ ਰਿਜ਼ਲਟ ਕੀ ਮਿਲੂਗਾ, ਭਾਵੇਂ ਕੋਈ ਕੰਮ ਕਰਕੇ ਭਾਵੇਂ ਕਿਸੇ ਦੀ ਸੰਗਤ ਕਰਕੇ। ਹੁਣ ਮੇਰਾ ਮਿਲਾਪ ਹੋਇਆ ਸੀਗਾ ਸੰਤ ਬਾਬਾ ਰਣਜੀਤ ਸਿੰਘ ਜੀ ਦੇ ਨਾਲ 2005 ਵਿੱਚ। ਅੱਜ ਮੈਂ ਆਈ ਵਾਸ ਫੋਰਚੂਨੇਟ ਟੂ ਮੀਟ ਦੈਮ ਇਨ 2005 ਐਂਡ ਪਹਿਲੀ ਗੱਲ ਜਦੋਂ ਮਹਾਂਪੁਰਸ਼ ਮਿਲੇ ਵੈਨ ਬਾਬਾ ਜੀ ਮੈਟ ਮੀ ਦ ਫਸਟ ਥਿੰਗ ਦੇ ਸੈਡ ਟੂ ਮੀ ਕਿ ਤੂੰ ਅੰਮ੍ਰਿਤ ਛਕਿਆ, ਤੂੰ ਗੁਰੂ ਵਾਲਾ ਬਣਿਆ, ਹੈਵ ਯੂ ਟੇਕਨ ਅੰਮ੍ਰਿਤ, have you belong to Guru Granth Sahib ji, and with Maharaj's kirpa Maharaj had blessed me with amrit di daat. Maharaj di kirpa naal Maharaj ne mainu amrit di daat bakhshi hoyi sigi. Us time main 15 saal da si, I was 15, and again they kept saying ke before you join someone's sangat, before you spend time with any gursikh, any person in life, you should first see their actions, see the way they live. Mahapurush var var mainu kehnde rahe ਕਿ ਜੇ ਵੀ ਕੋਈ ਵਿਅਕਤੀ ਦੀ ਸੰਗਤ ਕਰਨੀ ਹੋਵੇ, ਕੋਈ ਗੁਰਸਿੱਖ ਦੀ, ਕੋਈ ਮਹਾਂਪੁਰਸ਼ ਦੀ, ਕਿਸੇ ਦੀ ਵੀ, ਤੁਸੀਂ ਪਹਿਲਾਂ ਉਹਨਾਂ ਨੂੰ ਪਰਖੋ, ਉਹਨਾਂ ਨੂੰ ਵੇਖੋ, ਉਹਨਾਂ ਦੀ ਰਹਿਣੀ ਬਹਿਣੀ ਕਹਿਣੀ ਸਹਿਣੀ ਪਹਿਲਾਂ ਵੇਖੋ. ਲੁੱਕ ਐਟ ਦ ਵੇ ਦੇ ਲਿਵ, ਦੇ ਟੋਕ ਐਂਡ ਸਪੈਂਡ ਟਾਈਮ ਵਿਦ ਦ ਕਮਿਊਨਿਟੀ, ਵਿਦ ਦ ਸੰਗਤ, ਐਂਡ ਦੈਨ ਫਿਰ ਮਗਰ ਲੱਗੋ, ਫਿਰ ਉਹਨਾਂ ਦੀ ਸੰਗਤ ਕਰੋ. ਪਰ ਇਫ ਯੂ ਗੋਨਾ ਫੋਲੋ ਐਨੀ ਵਨ ਇਨ ਲਾਈਫ, ਫਰੋਮ ਡੇ ਵਨ ਬਾਬਾ ਜੀ ਇਜ਼ ਬੀਨ ਸੇਇੰਗ ਟੂ ਮੀ ਆਲਵੇਜ਼ ਆਲਵੇਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗਣਾ. ਯਾ ਦਿਸ ਪੀਪਲ ਆਊਟ ਦੇਅਰ ਕਿ ਦੇ ਜੁਆਇਨ ਯੂ ਟੂ ਗੁਰੂ ਗ੍ਰੰਥ ਸਾਹਿਬ ਜੀ, ਪਰ ਸਤਿਕਾਰ ਉਹਨਾਂ ਦਾ ਕਰਨਾ ਸਾਡੇ ਮਨ ਵਿੱਚ ਹੋਣਾ ਚਾਹੀਦਾ, ਦ ਰਿਸਪੈਕਟ, ਬਿਕਾਜ਼ ਦੇ ਸ਼ਾਈਨ ਇਸ ਦ ਰਾਈਟ ਪਾਥ,
ਪਰ ਲੜ ਲੱਗਣਾ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਐਂਡ ਦੈਟਸ ਵਨ ਥਿੰਗ ਦੇ ਟੋਲਡ ਮੀ ਫਰੋਮ ਡੇ ਵਨ ਦੂਸਰੀ ਗੱਲ ਦ ਸੈਕੰਡ ਥਿੰਗ ਕਿਸੇ ਦੀ ਨਿੰਦਿਆ ਕਰਨ ਦੀ ਵੈਨਐਵਰ ਯੂ ਵਾਂਟ ਟੂ ਸਲੈਂਡਰ ਐਨੀਵਨ ਡੋਨਟ ਜਸਟ ਸਲੈਂਡਰਿੰਗ ਕਰਕੇ ਸਾਰੀ ਦੁਨੀਆ ਉਹਨਾਂ ਦੀ ਨਿੰਦਿਆ ਕਰਦੀ ਹੈ ਸੋ ਯੂ ਥਿੰਕ ਇਟਸ ਰਾਈਟ ਸੋ ਵੀ ਮਾਈ ਐਸ ਵੈਲ ਜਸਟ ਸਟਾਰਟ ਸਲੈਂਡਰਿੰਗ ਦੈਮ ਐਸ ਵੈਲ ਐਂਡ ਦੈਟਸ ਵਾਟ ਆਈ ਹੈਵ ਸੀਨ ਦ ਸੋ ਮੈਨੀ ਨੌਜਵਾਨ ਆਊਟ ਦੇਅਰ ਮਾਈ ਬ੍ਰਦਰਸ ਐਂਡ ਸਿਸਟਰਸ ਦੈਟ ਆਈ ਹੈਵ ਸੀਨ ਦੀਸ ਪਿਕਚਰਸ ਔਨ ਯੂਟਿਊਬ ਆਈ ਹੈਵ ਸੀਨ ਦੀਸ ਵੀਡੀਓਜ਼ ਔਨ ਯੂਟਿਊਬ ਸੀਨ ਦੀਸ ਪਿਕਚਰਸ ਔਨ ਫੇਸਬੁੱਕ ਫੇਸਬੁੱਕਾਂ 'ਤੇ ਆ ਪਿਕਚਰਾਂ ਵੇਖ ਕੇ ਜਿਹੜੀਆਂ ਫੋਟੋਸ਼ਾਪ ਅੱਜ ਕੱਲ੍ਹ ਲੋਕ ਕਰ ਸਕਦੇ ਹਾਂ ਵੀ ਨੋ ਦੀਸ ਥਿੰਗਸ ਕੈਨ ਹੈਪਨ ਬਟ ਅਸੀਂ ਆਹ ਚੀਜ਼ਾਂ ਵੇਖ ਕੇ ਵੀ ਸਟਾਰਟ ਥਿੰਕਿੰਗ ਦ ਪਰਸਨ ਦੈਟਸ ਡਨ ਪ੍ਰਚਾਰ ਫੋਰ 13 ਈਅਰਸ ਨੋਨ ਸਟਾਪ ਵਿਲ ਡੂ ਦੀਸ ਥਿੰਗਸ ਹੁਣ ਅਸੀਂ ਇੰਗਲੈਂਡ ਦੀ ਧਰਤੀ 'ਤੇ ਰਹਿਣ ਕਰਕੇ ਵੀ ਲਿਵ ਔਨ ਦ ਲੈਂਡ ਆਫ ਇੰਗਲੈਂਡ ਐਂਡ ਅਬਾਊਟ ਅ ਈਅਰ ਅਗੋ ਈਅਰ ਐਂਡ ਹਾਫ ਬਾਬਾ ਜੀ ਮੇਡ ਅਸ ਸਟਾਰਟ ਡੂਇੰਗ ਪ੍ਰਚਾਰ ਇਨ ਇੰਗਲਿਸ਼ ਐਂਡ ਪੰਜਾਬੀ ਐਂਡ ਥਿੰਗ ਇਜ਼ ਆਮ ਨੋਟ ਸੇਇੰਗ ਦੈਟ ਆਈਵ ਅਚੀਵਡ ਵਟ ਆਮ ਸਪੋਜ਼ਡ ਟੂ ਬੀ ਡੂਇੰਗ ਨੋ ਵਨ ਕੈਨ ਅਚੀਵ ਐਨੀਥਿੰਗ ਵੀ ਕਾਂਟ ਅਚੀਵ ਵਟ ਪ੍ਰਚਾਰ ਇਜ਼ ਦ ਹਾਈਐਸਟ ਥਿੰਗ ਵੀ ਕੈਨ ਡੂ ਬਟ ਬਾਬਾ ਜੀ ਟੋਲਡ ਮੀ ਕਿ ਗੋ ਟੂ ਡਿਫਰੈਂਟ ਕੰਟਰੀਜ਼ ਇਨ ਇੰਗਲੈਂਡ ਇਜ਼ ਵੈਲ ਡੂ ਪ੍ਰਚਾਰ ਇਨ ਇੰਗਲਿਸ਼ ਐਂਡ ਪੰਜਾਬੀ ਐਂਡ ਦ ਰੀਜ਼ਨ ਦੈਟ ਸੇਇੰਗ ਦੈਟ ਇਜ਼ ਬਿਕੋਜ਼ ਦੇ ਲਿਵ ਪ੍ਰਚਾਰ They talk Sikhi. Anyone they meet, we've seen it. There's so many Nojwan that go from England and spend few months with them, six months. Koi sat sat mahine rehke aunda. Koi Singh jande ne England to saal saal rehke bhi aunde hai Parmeshwar Dwar Sahib utthe Guru Ghar. And oh we keh sakde hai ki we go and spend time with Baba Ji in the room. And all these allegations, jehdiyan allegations laiyan gayiyan, main taan karke murmur ke dohraunda, karke jehde Nojwan ajj kal hai jinhan nu Punjabi di nahi samajh aundi, those kids that can't understand Punjabi, they're coming back and asking us again and again and again, is this true? Is this true? But we go there and I would like to do a binti to everyone. Baba Ji says it again and again, ke tusi Parmeshwar Dwar aao. If anyone's got any problems, tusi Sangram de Dwar attend karo and go and see for your own eyes. Lokan diyan suniyan sunai gallan vich nahi. Don't just think ke someone's telling me this or that's true then. No, take your time out. Go and experience it. Sangat karni. There's so many people that get together, so many people that take Amrit. Why? Because there's an experience that you have to experience. There's a thing there, ke maradi kirpa inni, ke whatever prachar they do, o Guru Granth Sahib marnal jod de. That's the only thing, that's my own belief. There's so many Nojwan in England that have gone to Babaji and stayed there, and the one thing they've said again and again and again is Guru Granth Sahib nal jodo. And 13 years non-stop they've done prachar in India sides, in anywhere in India, vak-vak deshaan vich, staten vich, England di dharti te, in America, nearly all around the world they've gone around and done prachar. And the one thing, you can hear the recordings vich bhi tusi sun sakde ho, ke ek cheez mahapurushan ne vaar-vaar ratta laya hoya, ke guru wale bano, amrit shako, ate guru ke jahaj jo chado. Become gurus, amrit, take amrit and make your jeevan safal. And all these allegations, thing is, we need to take that step out. Ek kadam chukke pichha nu vekh ke assi sochiye ke jehdiyan allegations lok launde ne ke sachiyan ho sakdiyan. Jis mahapurush ne 13 saal prachar kita hove din raat choti umar vich vi, in a young age, we need to see they're only about 28, gonna be turning 29. Sari umar unna ne prachar kita, 13 years, sari juwani apni prachar te laati. And why will they just make that, people are saying all these allegations, ke kise de case qatl karte ho, they've done this, that and the other. But we've experienced, when we stay there, nothing like this happens. Asi singhan de naal, gaddiyan vich vi naal safar karde hain.
ਪਹਿਲਾਂ ਇੱਕ ਜਥਾ ਜਾਂਦਾ ਹੁੰਦਾ ਉਹਨਾਂ ਦੇ ਨਾਲ ਵੀ ਰਹੀਦਾ ਵੀ ਸਪੈਂਡ ਟਾਈਮ ਵਿਦ ਦ ਜਥਾ ਦੈਟ ਗੋਜ਼ ਔਨ ਬਿਫੋਰ ਬਾਬਾ ਰਣਜੀਤ ਸਿੰਘ ਜੀ ਸਾਰੇ ਸਿੰਘ ਨਿਤਨੇਮੀ ਆ ਜਦੋਂ ਗੱਡੀ ਵਿੱਚ ਸਫ਼ਰ ਕਰਦੇ ਆ ਬੰਦੇ ਸਪੈਂਡ ਟਾਈਮ ਬੰਦੇ ਔਨ ਦ ਜਰਨੀ ਇੱਕ ਅਸ਼ਟਪਦੀ ਕੋਈ ਦੂਸਰੀ ਅਸ਼ਟਪਦੀ ਪੜ੍ਹਦਾ ਕੋਈ ਤੀਸਰੀ ਐਂਡ ਟੁਗੈਦਰ ਟੂ ਡੂ ਅ ਹਾਊ ਸੁਖਮਨੀ ਸਾਹਿਬ ਐਂਡ ਦੀਸ ਥਿੰਗਸ ਆਈ ਕੈਨ ਕੀਪ ਸੇਇੰਗ ਟੂ ਯੂਜ਼ ਬਟ ਯੂਜ਼ ਨੀਡ ਟੂ ਗੋ ਐਂਡ ਐਕਸਪੀਰੀਅੰਸ ਇਟ ਯੋਰਸੈਲਫ ਐਂਡ ਮੈਂ ਤਾਂ ਕਰਕੇ ਇੱਕ ਕਦਮ ਚੁੱਕਿਆ ਟੂ ਮੇਕ ਦਿਸ ਵੀਡੀਓ ਐਂਡ ਟੂ ਲੈਟ ਪੀਪਲ ਨੋ ਫੋਰ ਮਾਈ ਸਪੈਸ਼ਲੀ ਫੋਰ ਮਾਈ ਨੌਜਵਾਨ ਇਹ ਵੀਰ ਭਰਾ ਭੈਣਾਂ ਵਾਸਤੇ ਉਹਨਾਂ ਵਾਸਤੇ ਜਿਹੜੇ ਪੰਜਾਬੀ ਨਹੀਂ ਸਮਝਦੇ ਕਰਕੇ ਇਟਸ ਬੀਨ ਸੈਡ ਆਊਟ ਦੈਟ ਇਨ ਦ ਇਟਸ ਬੀਨ ਇਨ ਯੂਟਿਊਬ ਵੀਡੀਓਜ਼ ਹੋਰ ਕਾਫੀ ਕੁਛ ਵੀ ਵਿੱਚ ਦੱਸਿਆ ਗਿਆ ਆ ਕਿ ਪੰਜਾਬੀ ਵਿੱਚ ਆ ਜ਼ਿਆਦਾ ਮੈਨੂੰ ਨੌਜਵਾਨਾਂ ਨੇ ਕਿਹਾ ਕਿ ਇੰਗਲਿਸ਼ ਵਿੱਚ ਵੀ ਕਰੋ ਐਂਡ ਦ ਰੀਜ਼ਨ ਆਫ ਡੂਇੰਗ ਇਨ ਇੰਗਲਿਸ਼ ਇਜ਼ ਕਿ ਬਿਫੋਰ ਵੀ ਡੂ ਨਿੰਦਾ ਆਫ ਐਨੀਵਨ ਨੈਵਰ ਜੱਜ ਅ ਬੁੱਕ ਬਾਈ ਇਟਸ ਕਵਰ ਫਸਟ ਗੈਟ ਟੂ ਨੋ ਦ ਪਰਸਨ ਹੁਣ ਜੇ ਅਸੀਂ ਕਹਿੰਦੇ ਹਾਂ ਕਿ ਉਹ ਇੱਦਾਂ ਕਰਦੇ ਆ ਬਟ ਦਿਸ ਇਜ਼ ਹੈਪਨਿੰਗ ਵਿਦ ਦੈਮ ਵੀ ਬੀਨ ਟੋਲਡ ਦਿਸ ਡੋਂਟ ਲਿਸਨ ਟੂ ਵਾਟ ਪੀਪਲ ਗੋਟ ਟੂ ਸੇ ਸੀ ਇਟ ਫੋਰ ਯੂਰ ਓਨ ਆਈਜ਼ ਗੋ ਔਨ ਐਕਸਪੀਰੀਅੰਸ ਦ ਸੰਗਤ ਗੋ ਔਨ ਜਾ ਕੇ ਵੇਖੋ ਕੀ ਉੱਥੇ ਹੁੰਦਾ ਅੰਮ੍ਰਿਤ ਸੰਚਾਰ ਦੀ ਗੱਲ ਹੁੰਦੀ ਆ ਕਿ ਗੱਲਾਂ ਹੁੰਦੀਆਂ ਐਂਡ ਆਲ ਆਫ ਗੋਟ ਟੂ ਸੇ ਇਜ਼ ਕਿ ਆਈ ਸਪੈਂਡ 6 ਮੰਥਸ ਆਈ ਸਮਟਾਈਮਸ ਗੋ ਫੋਰ 2 ਮੰਥਸ 3 ਮੰਥਸ ਸਮਟਾਈਮਸ 5 ਮੰਥਸ ਆਮ ਗੋਨਾ ਸਟੇਇਨ ਵਿਦ ਬਾਬਾ ਜੀ ਐਂਡ ਆਲ ਆਈਵ ਸੀਨ ਇਨ ਦ ਸੰਗਤ ਇਜ਼ ਕਿ ਸਿਮਰਨ ਕਰੋ ਬਾਣੀ ਪੜ੍ਹੋ ਐਂਡ ਗੁਰੂ ਕੇ ਜਹਾਜ਼ 'ਚ ਚੜੋ ਇੱਦਾਂ ਦੀਆਂ ਕੋਈ ਗੱਲਾਂ ਨਹੀਂ ਹੋਈਆਂ ਜਿਹੜੀਆਂ ਅੱਜ ਕੱਲ੍ਹ ਲੋਕ ਇਹ ਐਲੀਗੇਸ਼ਨ ਲਾਉਂਦੇ ਆ ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਸੰਗਤ ਨੂੰ ਕਿ ਅਸੀਂ ਅੰਧ ਵਿਸ਼ਵਾਸੀ ਨਾ ਬਣੀਏ ਲੈਟਸ ਨਾਟ ਜਸਟ ਫੁੱਲ ਫੋਰ ਐਨੀ ਟ੍ਰੈਪਸ ਲੈਟਸ ਨਾਟ ਬੀ ਗਲਬਲ ਜੇ ਹੁਣ ਕੋਈ ਸੋਭਾ ਕਿਸੇ ਦੀ ਕਰਦਾ ਲੈਟਸ ਨਾਟ ਸਟਾਪ ਪ੍ਰੇਜ਼ਿੰਗ ਦੈਮ ਐਂਡ ਇਫ ਸਮਵਨ ਇਜ਼ ਡੂਇੰਗ ਨਿੰਦੇ ਆਫ ਸਮਵਨ ਨਿੰਦਿਆ ਨਾ ਕਰਨੀ ਸ਼ੁਰੂ ਕਰ ਲਈਏ ਲੈਟਸ ਨਾਟ ਸਟਾਪ ਸਲੈਂਡਰਿੰਗ ਸਮਵਨ ਅੱਖੀ ਵੇਖੀਏ ਐਂਡ ਦੈਟਸ ਵਨ ਥਿੰਗ ਦਾ ਬਾਬਾ ਜੀ ਇਜ਼ ਬੀਨ ਸੇਇੰਗ ਟੂ ਮੀ ਫਰੋਮ ਡੇ ਵਨ always 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 look with your own eyes don't just think ki someone's told me this and this is true sare time hamesha eh gal yaad rakhni hai ki je koi nindya karda tusi na nindya karo pehla vekho ki oh nindya je log karde aa oh keho jahe ne par sanu baar baar mahapurusha ne eh kiya ki je sangat karde aa je koi gursikh di if you're doing sangat of any mahapurush or any gursikh saanj ki jay guna keri chhod agun chaliye take the good qualities of everyone and leave the bad quality there but myself and I can vouch for other gursikhs that there's so many gursikhs out there that have gone to India and experienced the sangat and staying with Baba Ranjit Singh ji and all these false allegations people are putting I just think that the Naujawan sangat need to take a step back and think before they start doing nindya of anyone of any mahapurush of any gursikh or any rangi roop we shouldn't start slandering anyone ਪਹਿਲਾਂ ਵੇਖੋ ਪਰਖੋ ਸੀ ਸਮਵਨਸ ਰਹਿਣੀ ਬਹਿਣੀ ਕਹਿਣੀ ਸਹਿਣੀ ਐਂਡ ਦੈਟਸ ਆਲ ਆਈਵ ਗੋਟ ਟੂ ਸੇ ਐਂਡ ਸਾਨੂੰ ਵੀ ਮਹਾਂਪੁਰਸ਼ਾਂ ਨੇ ਇੰਗਲੈਂਡ ਦੀ ਧਰਤੀ ਤੇ ਕਿਹਾ ਕਿ ਪ੍ਰਚਾਰ ਕਰੋ ਵਾਈ ਬਿਕਾਜ਼ ਦੇ ਲਵ ਸਿੱਖੀ ਦੈਮਸੈਲਵਸ ਐਂਡ ਦੇ ਵਾਂਟ ਅਦਰ ਪੀਪਲ ਟੂ ਡੂ ਪ੍ਰਚਾਰ ਐਂਡ ਆਮ ਟ੍ਰਾਈਂਗ ਟੂ ਆਮ ਨਾਟ ਸੇਇੰਗ ਦੈਟ ਆਈਵ ਅਚੀਵਡ ਵਾਟ ਆਮ ਸਪੋਸਡ ਟੂ ਬੀ ਡੂਇੰਗ ਬਟ ਮਹਾਰਾਜ ਕਿਰਪਾ ਕਰਨ ਸੰਗਤ ਦਾ ਸੰਜੋਗ ਕਿ ਵੀ ਕੈਨ ਗੋ ਅਰਾਊਂਡ ਐਂਡ ਡੂ ਪ੍ਰਚਾਰ ਆਫ ਸਿੱਖੀ ਇਨ ਇੰਗਲਿਸ਼ ਐਂਡ ਇਨ ਪੰਜਾਬੀ ਸੋ ਜੇ ਮੈਂ ਬੋਲਿਆ ਚੁੱਕਿਆ ਮੇਰਾ ਕੋਈ ਗਲਤ ਮੈਂ ਕਿਸੇ ਨੂੰ ਅਫੈਂਡ ਕੀਤਾ ਹੋਵੇ ਮੇਰਾ ਮਾਫ਼ ਕਰਨਾ ਅਤੇ ਇਹੀ ਬੇਨਤੀਆਂ ਆ ਕਿ ਕਿਸੇ ਵਿਅਕਤੀ ਦੀ ਕਿਸੇ ਮਹਾਂਪੁਰਸ਼ ਦੀ ਕਿਸੇ ਗੁਰਸਿੱਖ ਦੀ ਨਿੰਦਿਆ ਨਾ ਕਰੀਏ ਜੇ ਲੋਕ ਕਹਿੰਦੇ ਆ ਚਲੋ ਠੀਕ ਆ ਬ ਸੁਣੀ ਸੁਣਾਈ ਗੱਲ ਇਜ਼ ਡਿਫਰੈਂਟ ਆਪ ਜਾ ਕੇ ਤੁਸੀਂ ਵੇਖੋ ਆਪ ਜਾ ਕੇ ਪਰਖੋ ਐਂਡ ਦੈਨ ਵੀ ਕੈਨ ਟੇਕ ਅ ਸਟੈਂਸ ਵੇਅਰ ਵੀ ਸਟੈਂਡ ਡੋਂਟ ਜਸਟ ਲਿਸਨ ਟੂ ਐਨੀਵਨ ਕਿ ਦੇ ਆਰ ਸਲੈਂਡਰਿੰਗ ਸਮਵਨ ਸੋ ਦੇ ਮੇ ਬੀ ਟਰੂ ਦੀਸ ਫੋਟੋਜ਼ ਦੀਸ ਵੀਡੀਓਜ਼ ਨੋ ਫਸਟ ਗੋ ਐਂਡ ਸੀ ਇਟ ਯੋਰਸੈਲਫ then make your opinion and then move on je galti ho gayi ya maaf karna vaheguru ji ka khalsa vaheguru ji ki fateh